ਦੋਸਤੋ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਥਾਣੇ ਦੇ ਅਧੀਨ ਅੱਡਾ ਨੜਾਵਾਲੀ ਵਿੱਚ ਕੱਲ੍ਹ ਵੱਡੀ ਘਟਨਾ ਦੇਖਣ ਨੂੰ ਸਾਹਮਣੇ ਆਈ ਹੈ ਜਿੱਥੇ ਚਾਰ ਨਕਾਬਪੋਸ਼ ਨੌਜਵਾਨਾਂ ਨੇ ਜੋ ਵਰਨਾ ਗੱਡੀ ਦੇ ਸਵਾਰ ਸੀ ਉਹਨਾਂ ਨੇ ਗੋਗਾ ਹੈਲਥ ਕੇਅਰ ਸੈਂਟਰ ਦੇ ਮਾਲਕ ਦੇ ਨਾਲ ਲੁੱਟ ਕੀਤੀ ਹੈ ਅਤੇ ਇਹ ਜਿਹੜੀ ਲੁੱਟ ਹੈ ਇਹ ਅਸਲੇ ਦੇ ਨਾਲ ਲੈ ਕੇ ਕੀਤੀ ਗਈ ਹੈ ਗੁਰਦੀਪ ਸਿੰਘ ਗੋਗਾ ਪੁੱਤਰ ਪਲਵਿੰਦਰ ਸਿੰਘ ਵਾਸੀ ਮੌੜ ਥਾਣਾ ਕਲਾਨੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਦੋਸਤੋ ਜਿਹੜੀ ਲੁੱਟ ਦੀ ਵਾਰਦਾਤ ਹੈ ਇਹ ਪੂਰੀ CCTV ਕੈਮਰੇ 'ਚ ਕੈਦ ਹੈ ਦੇਖੋ ਕਿਵੇਂ ਇਹ ਹੱਟੇ ਕੱਟੇ ਨੌਜਵਾਨ ਜਿਹੜੇ ਕਿ ਉਹ ਸਰਦਾਰ ਜੀ ਨਾਲ ਹੱਥਾਪਾਈ ਕਰਨ ਦੇ ਨੇ ਔਰ ਉਹਨਾਂ ਨੂੰ ਮਾਰਨ ਦੀ ਧਮਕੀਆਂ ਦੇ ਰਹੇ ਨੇ ਇਹ ਗੁਰਦਾਸਪੁਰ ਦੇ ਕਲਾਨੌਰ ਦੇ ਲਾਗੇ ਅੱਡਾ ਨੜਾਵਾਲੀ ਦੇ ਜਿਹੜਾ ਮੈਡੀਕਲ ਸਟੋਰ ਹੈ ਗੋਗਾ ਹੈਲਥ ਕੇਅਰ ਸੈਂਟਰ ਉੱਥੋਂ ਦੀ ਇਹ ਸਾਰੀ ਘਟਨਾ ਹੈ ਤਸਵੀਰਾਂ ਜਿਹੜੀਆਂ ਕਿ CCTV ਕੈਮਰੇ 'ਚ ਕੈਦ ਨੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਕਿ ਧਾਰੀਵਾਲ ਇਲਾਕੇ ਦੇ ਵਿੱਚ ਇਨੋਵਾ ਗੱਡੀ ਸਵਾਰ ਚਾਲਕਾਂ ਨੇ ਜਿਹੜੀ ਕਿ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗੁਰਦਾਸਪੁਰ ਸ਼ਹਿਰ 'ਚ ਅਜਿਹੀਆਂ ਰੋਜ਼ ਘਟਨਾਵਾਂ ਤੋਂ ਲੋਕ ਵੀ ਜਿਹੜੇ ਉਹ ਸਹਿਮ ਦਾ ਮਾਹੌਲ ਹੈ ਕਦੀ ਕਿਸੇ ਦਾ ਮੋਟਰਸਾਈਕਲ ਸਪਲੈਂਡਰ ਚੋਰੀ ਹੋ ਰਿਹਾ ਅਤੇ ਜਾਂ ਕਦੀ ਅਜਿਹੀਆਂ ਲੁੱਟਾਂ ਹੋ ਰਹੀਆਂ ਜਿਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੋਸਤੋ ਵੀਡੀਓ ਵੇਖੋ ਅਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਪੁਲਿਸ ਪ੍ਰਸ਼ਾਸਨ ਦੀ ਵੀ ਮਦਦ ਹੋ ਸਕੇ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਜਾ ਸਕੇ ਇਹਨਾਂ ਨੇ ਇਹਨਾਂ ਕੋਲੋਂ 5,000 ਰੁਪਏ ਨਕਦੀ ਕੁਛ ਦੁਕਾਨ ਦਾ ਹੋਰ ਵੀ ਸਮਾਨ ਜਿਹੜਾ ਕਿ ਉਹ ਖੋਹ ਕੀਤੀ ਹੈ ਅਤੇ ਖੋਹ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਹੈ ਕਿ ਮਾਰਕਟਾਈ ਵੀ ਕੀਤੀ ਹੈ ਔਰ ਤੁਹਾਡੇ ਸਾਹਮਣੇ ਸਾਰੀਆਂ ਤਸਵੀਰਾਂ ਨੇ ਅੱਡਾ ਕਲਾਨੌਰ ਦੇ ਨੜਾਵਾਲੀ ਦੇ ਲਾਗੇ ਜਿਹੜਾ ਅੱਡਾ ਵਾ ਉੱਥੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਗੁਰਦਾਸਪੁਰ ਜ਼ਿਲ੍ਹੇ ਦੀ ਹੀ ਘਟਨਾ ਔਰ ਸਰਦਾਰ ਜੀ ਜਿਹੜੇ ਕਿ ਉਹ ਆਪਣੀ ਬਿਲਕੁਲ ਜਾਨ ਬਚਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਬਚਾ ਵੀ ਲਈ ਹੈ ਔਰ ਜਿਹੜੇ ਲੁਟੇਰੇ ਨੇ ਉਹਨਾਂ ਨੇ ਜਿਹੜੀ ਕਿ ਪੂਰੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਗੱਡੀ ਜਿਹੜੀ ਹੈ ਕਿ ਵਰਨਾ ਗੱਡੀ ਦਾ ਇਸ ਲੁੱਟ ਖੋਹ ਦੇ ਵਿੱਚ ਇਸਤੇਮਾਲ ਕੀਤਾ ਗਿਆ ਔਰ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਜਿਹੜੇ ਕਿ ਇਹ ਆਪਣੇ ਮਾਲਕ ਨੇ ਉਹ ਦੁਕਾਨ ਤੋਂ ਬਾਹਰ ਗਏ ਨੇ ਹਾਲਾਂਕਿ ਉਹਨਾਂ ਦਾ ਕੋਈ ਬੇਟਾ ਜਾਂ ਕੋਈ ਉਹਨਾਂ ਦਾ ਪਰਿਵਾਰਕ ਸਦੱਸਿਆ ਮੌਕੇ 'ਤੇ ਮੌਜੂਦ ਸੀ ਔਰ ਦੇਖੋ ਪੂਰੀ ਵੀਡੀਓ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ